ਬਟਾਲਾ ਦੇ ਪਿੰਡ ਜਹਾਦਪੁਰ ਦੀ ਰਹਿਣ ਵਾਲੀ ਗੁਰਸਿੱਖ ਔਰਤ ਮਨਪ੍ਰੀਤ ਕੌਰ ਨੇ ਆਪਣੇ ਸਹੁਰੇ ਪਰਿਵਾਰ ਤੇ ਗੰਭੀਰ ਆਰੋਪ ਲਗਾਏ ਨੇ। ਮਨਪ੍ਰੀਤ ਕੌਰ ਮੁਤਾਬਿਕ ਉਸ ਦਾ ਵਿਆਹ ਸਨ 2013 ਵਿਚ ਬਟਾਲਾ ਦੇ ਹੀ ਮੜੀਆਂਵਾਲ ਦੇ ਰਹਿਣ ਵਾਲੇ ਨਿਹੰਗ ਸਿੰਘ ਜਥੇਬੰਦੀ ਦੇ ਮੁਖੀ ਬਾਬਾ ਮਾਨ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਗੁਰਮਰਿਆਦਾ ਨਾਲ ਹੋਇਆ ਸੀ, ਪਰ ਵਿਆਹ ਤੋਂ ਕੁਝ ਦਿਨ ਬਾਅਦ ਹੀ ਰਣਜੀਤ ਸਿੰਘ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਵਿਆਹ ਉਸ ਦੀ ਮਰਜ਼ੀ ਨਾਲ ਨਹੀਂ ਹੋਇਆ। ਇਸ ਦੇ ਨਾਲ ਹੀ ਸਹੁਰੇ ਪਰਿਵਾਰ ਵੱਲੋਂ ਦਾਜ ਲਿਆਉਣ ਦੀ ਮੰਗ ਕੀਤੀ ਜਾਣ ਲੱਗੀ। ਮਨਪ੍ਰੀਤ ਕੌਰ ਮੁਤਾਬਿਕ ਸਹੁਰਾ ਪਰਿਵਾਰ ਉਸ ਦੇ ਪਿਤਾ ਦੀ ਜਾਇਦਾਦ ਉੱਤੇ ਨਜ਼ਰ ਰੱਖ ਚੁੱਕਾ ਸੀ, ਜਿਸ ਦੇ ਚਲਦੇ ਉਸ ਨੂੰ ਤਸੀਹੇ ਦੇ ਕੇ ਘਰੋਂ ਕੱਢ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਆਪਣੇ ਲੜਕੇ ਰਣਜੀਤ ਸਿੰਘ ਨੂੰ ਕੁਵਾਰਾ ਦੱਸ ਵਿਦੇਸ਼ ਭੇਜ ਦਿੱਤਾ ਗਿਆ। ਮੇਰਾ ਨਾਮ ਮਨਪ੍ਰੀਤ ਕੌਰ ਵਾ। ਮੇਰਾ ਵਿਆਹ 2013 ਵਿੱਚ ਜਥੇਦਾਰ ਬਾਬਾ ਗੁਰੂ ਨਾਨਕ ਦਲ ਮੜੀਆਂਵਾਲ ਜਥੇਦਾਰ ਬਾਬਾ ਮਾਨ ਸਿੰਘ ਪੁੱਤਰ ਵਰਿਆਮ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਹੋਇਆ। ਇਸ ਦੌਰਾਨ ਮੇਰਾ ਵਿਆਹ ਪਿੰਡ ਦੇ ਵਿੱਚ ਪਿੰਡ ਜਾਦਪੁਰ ਸੇਖਵਾਂ ਦੀ ਮੈਂ ਰਹਿਣ ਵਾਲੀ ਹਾਂ, ਜ਼ਿਲ੍ਹਾ ਗੁਰਦਾਸਪੁਰ ਵਾ। ਅਤੇ ਮਤਲਬ ਕਿ ਉਹਨਾਂ ਦੀ ਦਾਜ ਦੀਆਂ ਡਿਮਾਂਡਾਂ ਦੇ ਅਨੁਸਾਰ ਜੋ ਵੀ ਇਹਨਾਂ ਨੇ ਦਾਜ ਦੀਆਂ ਡਿਮਾਂਡਾਂ ਕੀਤੀਆਂ ਉਹ ਕਰਕੇ ਮੇਰੇ ਪਿਓ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਮੇਰੇ ਵਿਆਹ 'ਤੇ ਖਰਚ ਕੀਤਾ, ਪਰ ਇਹਨਾਂ ਦੀਆਂ ਦਾਜ ਦੀਆਂ ਡਿਮਾਂਡਾਂ ਨੂੰ ਪੂਰੀਆਂ ਕੀਤਾ। ਉਸ ਤੋਂ ਬਾਅਦ ਇਹਨਾਂ ਦੀਆਂ ਹੋਰ ਮੰਗਾਂ ਜਿੱਦਾਂ ਲਾਲਚ ਵੱਧਦਾ ਗਿਆ, ਇਹਨਾਂ ਨੇ ਪੈਲੀ ਦੀ ਮੰਗ ਕਰਨੀ ਸ਼ੁਰੂ ਕਰਤੀ, ਤਾਂ ਜੋ ਮਤਲਬ ਕਿ ਪੈਲੀ ਨਾ ਲਿਆਉਣ ਕਰਕੇ ਮੇਰੇ ਨਾਲ ਕੁੱਟਮਾਰ ਕਰਦੇ ਰਹੇ। ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਟੋਰਚਰ ਕੀਤਾ, ਜਿਸ ਵਿੱਚ ਮੇਰੇ ਸਹੁਰੇ ਪਰਿਵਾਰ ਨੇ ਇਹਨਾਂ ਦਾ ਪੂਰਾ ਪੂਰਾ ਸਾਥ ਦਿੱਤਾ ਅਤੇ ਮੈਨੂੰ ਮਤਲਬ ਕਿ ਇਹਨਾਂ ਆਪਣੇ ਬੇਟੇ ਨੂੰ ਵੀ ਵਿਦੇਸ਼ ਭੇਜਤਾ, ਕਿਉਂਕਿ ਉਹਨਾਂ ਨੂੰ 4 ਮਹੀਨੇ ਬਾਅਦ ਫਿਰ ਉਹਨਾਂ ਨੂੰ ਕਿਸੇ ਕਾਰਨ ਕਰਕੇ ਵਾਪਸ ਆਉਣਾ ਪਿਆ। ਕਿ ਜਿਹੜੇ ਜਥੇਬੰਦੀ ਜਿਹੜੀ ਕਮੇਟੀ ਨੇ ਸਪੋਂਸਰ ਕੀਤੀ ਸੀਗੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਵਾਪਸ ਜਾਣਾ ਹੀ ਪੈਣਾ ਵਾ, ਨਹੀਂ ਤਾਂ ਸਾਡੇ ਮਤਲਬ ਕਿ ਜਥੇ ਦਾ ਰੈਕਟ ਖਰਾਬ ਹੁੰਦਾ ਵਾ, ਇਸ ਕਰਕੇ ਇਹਨਾਂ ਨੂੰ ਵਾਪਸ ਆਉਣਾ ਪਿਆ। ਜਦੋਂ ਇਹ ਵਾਪਸ ਆਏ ਆ ਕੇ ਮੈਨੂੰ ਕਹਿੰਦੇ ਕਿ ਤੂੰ ਨੈਸ਼ ਵਾਂ, ਤੂੰ ਮੈਨੂੰ ਤੇਰੇ ਕਰਕੇ ਵਾਪਸ ਆਉਣਾ ਪਿਆ। ਫਿਰ ਇਸ ਦੌਰਾਨ ਬਹੁਤ ਜ਼ਿਆਦਾ ਟੋਰਚਰ ਕਰਨਾ ਸ਼ੁਰੂ ਕਰ ਦਿੱਤਾ। ਫਿਲਹਾਲ ਮਨਪ੍ਰੀਤ ਕੌਰ ਨੇ ਲਿਖਤੀ ਸ਼ਿਕਾਇਤ ਕਰ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਪੁਲਿਸ ਨੇ ਕਿਹਾ ਕਿ ਦੋਹਾਂ ਧਿਰਾਂ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ ਤੇ ਜੋ ਵੀ ਨਤੀਜਾ ਸਾਹਮਣੇ ਆਏਗਾ ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਦਰਖਾਸਤ ਆਈ ਸੀ ਮੇਰੇ ਕੋਲ ਮਨਪ੍ਰੀਤ ਕੌਰ ਵਾਸੀ ਜਾਦਪੁਰ ਸੇਖਵਾਂ, ਜਿਹਦੇ ਸੰਬੰਧ ਵਿੱਚ ਮੈਂ ਇਹਨਾਂ ਦੋਨਾਂ ਧਿਰਾਂ ਨੂੰ ਬੁਲਾਇਆ। ਲੜਕੀ ਦੇ ਫਾਦਰ ਕੁਝ ਮੋਤਬਰ ਆਦਮੀ ਲੈ ਕੇ ਆਏ ਸੀਗੇ, ਜਿਨ੍ਹਾਂ ਨੇ ਕਿਹਾ, ਦੂਸਰੀ ਧਿਰ ਵੀ ਬੁਲਾਈ ਗਈ ਜਿਨ੍ਹਾਂ ਨੇ ਕਿਹਾ ਕਿ ਅਸੀਂ ਬਾਹਰ ਬੈਠ ਕੇ ਕੋਈ ਫੈਸਲਾ ਕਰ ਰਹੇ ਹਾਂ, ਜੋ ਫੈਸਲਾ ਹੋਵੇਗਾ ਅਸੀਂ ਤੁਹਾਨੂੰ ਦੱਸ ਦੇਵਾਂਗੇ। ਪਰ ਕੁਝ ਟਾਈਮ ਵਿੱਚ ਜ਼ਿਆਦਾ ਹੋਣ ਕਰਕੇ ਫਿਰ ਮੈਂ ਇਹਨਾਂ ਨੂੰ ਦੁਬਾਰਾ ਆਪ ਕਾਲ ਕੀਤੀ। ਲੜਕੀ ਦੇ ਨਾਲ ਮੇਰੀ 12 ਤਰੀਕ ਨੂੰ ਗੱਲ ਹੋਈ ਹੈ ਕਿ ਤੁਹਾਡਾ ਕੋਈ ਫੈਸਲਾ ਨਹੀਂ ਹੋਇਆ, ਤੁਸੀਂ ਮੇਰੇ ਕੋਲ ਆਓ। ਲੜਕੀ ਨੇ ਮੈਨੂੰ ਉਦੋਂ ਕਿਹਾ ਕਿ ਮੈਂ 12 ਤਰੀਕ ਨੂੰ, ਲੜਕੀ ਨੇ ਮੈਨੂੰ ਕਿਹਾ ਕਿ ਮੈਂ 14 ਤਰੀਕ ਨੂੰ ਆਵਾਂਗੀ, ਮੈਂ ਕਿਤੇ ਬਾਹਰ ਹਾਂ, ਮੈਂ ਆ ਨਹੀਂ ਸਕਦੀ। ਫਿਰ ਜਦੋਂ ਕੱਲ੍ਹ ਮੈਂ ਇਹਦੇ ਸਹੁਰਾ ਪਰਿਵਾਰ ਨੂੰ ਵੀ ਇਹੀ ਟਾਈਮ ਦਿੱਤਾ ਕਿ ਲੜਕੀ 14 ਤਰੀਕ ਨੂੰ ਆਏਗੀ, ਤੁਸੀਂ ਵੀ ਆਓ, ਬੈਠ ਕੇ ਦੋਨਾਂ ਧਿਰਾਂ ਦੀ ਕਾਉਂਸਲਿੰਗ ਕਰਕੇ ਦੌਰਾਨੇ ਕਾਉਂਸਲਿੰਗ ਜੋ ਵੀ ਮੈਨੂੰ ਗੱਲ ਸਾਹਮਣੇ ਆਏਗੀ ਉਹ ਮੈਂ ਰਿਪੋਰਟ ਕਰਾਂਗੀ। ਅੰਮ੍ਰਿਤਸਰ ਤੋਂ ਅਜ਼ਾਦ ਟੀਵੀ ਨਿਊਜ਼ ਦੇ ਲਈ ਧਰਮਵੀਰ ਗਿੱਲ ਦੀ ਰਿਪੋਰਟ।